ਦੁੱਲੋ ਪਰਿਵਾਰ, ਮੁਰਦਾਬਾਦ ਮੁਰਦਾਬਾਦ, ਪਾਰਟੀ ਦਾ ਗਰਦਾਰ ਦੁੱਲੋ ਪਰਿਵਾਰ, ਮੁਰਦਾਬਾਦ ਮੁਰਦਾਬਾਦ, ਪਾਰਟੀ ਦਾ ਗਰਦਾਰ ਦੁੱਲੋ ਪਰਿਵਾਰ, ਮੁਰਦਾਬਾਦ ਮੁਰਦਾਬਾਦ। ਇਹ ਲੋੜੀ ਬਿਆਨਬਾਜ਼ੀ ਬੰਦ ਕਰੋ, ਬੰਦ ਕਰੋ, ਬੰਦ ਕਰੋ। ਅਸੀਂ ਪ੍ਰੈਸ ਦੇ ਰਾਹੀਂ ਦੁੱਲੋ ਸਾਹਿਬ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ। ਜੇ ਉਹਨਾਂ ਨੇ ਬੇਤੁਕੀ ਲੋੜ ਬਿਆਨਬਾਜ਼ੀ ਬੰਦ ਨਾ ਕੀਤੀ ਔਰ ਪਾਰਟੀ ਦਾ ਅਨੁਸ਼ਾਸਨ ਜਿਹੜਾ ਭੰਗ ਕਰਨ ਤੋਂ ਬਾਅਦ ਉਹ ਨਾ ਆਏ, ਭਾਵੇਂ ਉਹ ਚੰਡੀਗੜ੍ਹ ਰਹਿਣ, ਭਾਵੇਂ ਉਹ ਦਿੱਲੀ ਰਹਿਣ, ਭਾਵੇਂ ਖੰਨੇ ਆਉਣ, ਅਸੀਂ ਉਹਨਾਂ ਨੂੰ ਕੋਠੀ ਨਜ਼ਰਬੰਦ ਕਰ ਦਾਂਗੇ, ਬਿਲਕੁਲ ਘਰੋਂ ਬਾਹਰ ਨਿਕਲ ਦੇਵਾਂਗੇ। ਇਹ ਯੂਥ ਕਾਂਗਰਸ ਦਾ ਇੱਕ ਵਾਅਦਾ ਹੈ ਉਹਨਾਂ ਦੇ ਨਾਲ ਕਿ ਬਿਲਕੁਲ ਕੰਟਰੋਲ ਕਰ ਲਓ ਆਪਣੇ ਆਪ 'ਤੇ, ਨਹੀਂ ਤਾਂ ਪੂਰਾ ਜਿਹੜਾ ਪੰਜਾਬ ਹੈ ਉਹਨਾਂ ਨੂੰ ਉਹਨਾਂ ਦੇ ਘਰ 'ਚ ਹੀ ਨਜ਼ਰ ਬੰਦ ਕਰਕੇ ਰੱਖੂਗਾ। ਕਿਆ ਨਾਮ ਹੈ ਜੀ ਤੁਹਾਡਾ? ਗੁਰਦੀਪ ਸਿੰਘ ਚੁਲਮਗੜ੍ਹ। ਅਤੇ ਕੀ ਕਾਰਨ ਜਿਹੜਾ ਤੁਸੀਂ ਪ੍ਰਦਰਸ਼ਨ ਕਰਨ ਆਏ? ਜਿਹੜਾ ਪਿਛਲੇ ਦਿਨੀ ਦੁੱਲੋ ਸਾਹਿਬ ਨੇ ਪਾਰਟੀ ਦਾ ਜਿਹੜਾ ਅਨੁਸ਼ਾਸਨ ਹੈ ਉਹ ਭੰਗ ਕੀਤਾ ਔਰ ਜਿਹੜੀ ਪਾਰਟੀ ਦੀਆਂ ਅੰਦਰੂਨੀ ਗੱਲਾਂ ਨੇ, ਜਿਹੜੀਆਂ ਪਰਿਵਾਰ 'ਚ ਬਹਿ ਕੇ ਪਰਿਵਾਰ ਦੀਆਂ ਗੱਲਾਂ ਨੇ ਹੱਲ ਹੋ ਸਕਦੀਆਂ ਨੇ, ਪਰ ਉਹਨਾਂ ਨੇ ਬਿਲਕੁਲ ਜਨਤਕ ਹੋ ਕੇ ਪ੍ਰੈਸ ਦੇ ਰਾਹੀਂ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ। ਅਸੀਂ ਮੰਗ ਕਰਾਂਗੇ ਹਾਈਕਮਾਂਡ ਸ਼੍ਰੀਮਤੀ ਸੋਨੀਆ ਗਾਂਧੀ ਜੀ ਔਰ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਕਿ ਜਿਹੜੇ ਇਹੋ ਜਿਹੇ ਪਾਰਟੀ ਦੇ ਇਕਦਾਰ ਨੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਜਾਵੇ। ਕੀ ਉਹਨਾਂ ਨੇ ਕੋਈ ਗਲਤ ਡਿਮਾਂਡ ਕੀਤੀ ਹੈ? ਬਿਲਕੁਲ, ਦੇਖੋ ਪਾਰਟੀ ਦਾ ਅਨੁਸ਼ਾਸਨ ਭੰਗ ਕਰਨਾ, ਜੇ ਕੋਈ ਕਿਤੇ ਕਿਸੇ ਗੱਲ ਦੀ ਕੁਤਾਹੀ ਹੈ, ਅਸੀਂ ਸਾਰੇ ਇਹ ਗੱਲ ਚਾਹੁੰਦੇ ਹਾਂ ਕਿ ਉਹਨਾਂ ਨੂੰ ਜਿਹੜੀ ਕਾਰਵਾਈ ਹੋਵੇ ਉਹਨਾਂ 'ਤੇ, ਜੋ ਵੀ ਦੋਸ਼ੀ ਉਹਨੂੰ ਸਜ਼ਾ ਮਿਲਣ, ਪਰ ਅਸੀਂ ਇਹ ਗੱਲ ਨਹੀਂ, ਨਿਰਪੱਖ ਜਾਂਚ ਹੋਵੇ ਇਹ ਗੱਲ, ਪਰ ਇਹ ਥੋੜ੍ਹੀ ਗੱਲ ਹੈ ਕੋਈ ਜਿਹੜਾ ਪਾਰਟੀ ਦਾ ਜਾਂ ਪਰਿਵਾਰ ਦਾ, ਕਿਉਂਕਿ ਪਾਰਟੀ ਇੱਕ ਪਰਿਵਾਰ ਦੇ ਸਮਾਨ ਹੈ, ਅਸੀਂ ਪਰਿਵਾਰ ਦੀ ਗੱਲ ਬਾਹਰ ਕਿਉਂ ਕੱਢੀਏ, ਅਸੀਂ ਵਿਰੋਧੀਆਂ ਵਾਸਤੇ ਇੱਕ ਕਿਉਂ ਆਪਣੇ ਆਪ ਨੂੰ ਹੱਥ ਟੋਕਾ ਬਣਾਈਏ, ਔਰ ਅਸੀਂ ਹਾਈਕਮਾਂਡ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਜਿਹੜੇ ਬੀਜੇਪੀ ਦੇ ਤੋਤੇ ਬਣ ਕੇ ਉਹਨਾਂ ਦੀ ਬੋਲੀ ਬੋਲਦੇ ਆ ਔਰ ਜਿਨ੍ਹਾਂ ਦੁੱਲੋ ਸਾਹਿਬ ਨੇ ਆਪਣਾ ਘਰ ਨਹੀਂ ਸੰਭਾਲਿਆ, ਉਹਨਾਂ ਦਾ ਬੇਟਾ ਕਿਸੇ ਪਾਰਟੀ ਫਿਰਦਾ, ਉਹ ਆਪ ਕਿਸੇ ਪਾਰਟੀ 'ਚ ਨੇ, ਬਿਲਕੁਲ ਇਹ ਗੱਲ ਨਹੀਂ ਹੋਣੀ ਚਾਹੀਦੀ। ਹੁਣ ਤਕੜੇ ਹੋ ਕੇ ਪੂਰਾ ਪੰਜਾਬ ਜਿਹੜਾ ਬਿਲਕੁਲ ਮਿਲਦਾ ਜੀ, ਜੇ ਉਹਨਾਂ ਨੇ ਸ਼ੁਰੂ ਕੀਤਾ ਇਹ ਕੰਮ ਤਾਂ ਹੀ ਅਸੀਂ ਅੱਜ ਮਜਬੂਰ ਹੋ ਕੇ ਅੱਜ ਉਹਨਾਂ ਦਾ ਘਰਾਓ ਕਰਨ ਦੇ ਲਈ ਆਏ ਸੀ। ਮੈਂ ਜੀ ਬਲੌਕ ਤੋਂ ਆਪਣੇ ਕਾਂਗਰਸ ਕਮੇਟੀ ਦਾ ਪ੍ਰਧਾਨ ਹਾਂ, ਬਲੌਕ ਦਾ ਜੱਸਾ ਰੋੜੀਆ ਮੇਰਾ ਨਾਮ ਹੈ। ਅਤੇ ਕੀ ਪ੍ਰਦਰਸ਼ਨ ਕਰਨ ਆਇਆ? ਅਸੀਂ ਪ੍ਰਦਰਸ਼ਨ ਨਹੀਂ ਕਰਨ ਆਏ, ਅਸੀਂ ਦੁੱਲੋ ਸਾਹਿਬ ਨੂੰ ਇਹ ਪੁੱਛਣ ਆਏ ਹਾਂ ਵੀ ਦੁੱਲੋ ਸਾਹਿਬ ਤੁਸੀਂ ਛੋਟੇ ਜਿਹੇ ਵਰਕਰ ਸੀ, ਤੁਸੀਂ ਖੰਨੇ ਦੇ ਵਿੱਚ ਸੀ, ਤੁਹਾਨੂੰ ਕਾਂਗਰਸ ਪਾਰਟੀ ਨੇ ਨੈਸ਼ਨਲ ਲੈਵਲ ਤਾਂ ਤੁਹਾਨੂੰ ਲੀਡਰ ਬਣਾਇਆ, ਤੁਹਾਡੇ ਪਰਿਵਾਰ ਨੂੰ ਕੀ ਨਹੀਂ ਦਿੱਤਾ? ਤੁਹਾਨੂੰ ਪੰਜਾਬ ਦੀ ਪ੍ਰਧਾਨਗੀ ਦਿੱਤੀ, MP ਦਿੱਤੀ, MLA ਦੀਆਂ ਟਿਕਟਾਂ ਦੇ, ਤੁਸੀਂ ਜੇ ਤੁਸੀਂ ਕਿਤੋਂ ਜਿੱਤ ਹੀ ਨਹੀਂ ਸਕਦੇ, ਜੇ ਤੁਸੀਂ ਲੋਕਾਂ ਨੇ ਤੁਹਾਨੂੰ ਨਕਾਰਤਾ ਅਤੇ ਅੱਜ ਤੁਸੀਂ ਪਾਰਟੀ ਦਾ ਇੰਨਾ ਵਿਰੋਧ ਕਰ ਰਹੇ ਹੋ, ਅੱਜ ਉਹਨਾਂ ਦੇ ਜਿਹੜੇ ਬੇਟੇ ਨੇ, ਅੱਜ ਮੈਂ ਮੰਨਦਾ ਵੀ ਦੁੱਲੋ ਸਾਹਿਬ ਬੋਲ ਰਹੇ ਆ ਪ੍ਰੈਸਾਂ 'ਚ, ਜਿੱਦਣ 2019 ਦੀ ਇਲੈਕਸ਼ਨ ਦੀ ਉਹਨਾਂ ਦੇ ਬੇਟੇ ਨੇ ਆਪ ਦੀ ਇਲੈਕਸ਼ਨ ਲੜੀ ਸੀ, ਉੱਧਰ ਦੁੱਲੋ ਸਾਹਿਬ ਕੋ ਉਦੋਂ ਜਾਂਦੇ ਪ੍ਰੈਸ 'ਚ ਜਾ ਕੇ ਇਹ ਗੱਲ ਕਹਿੰਦੇ, ਮੇਰਾ ਬੇਟਾ ਮੇਰਾ ਪਰਿਵਾਰ ਮੇਰੇ ਕਹਿਣੇ ਤੋਂ ਬਾਹਰ ਹੈ, ਇਹ ਗਦਾਰ ਨੇ ਇਹਨਾਂ ਨੂੰ ਵੋਟ ਨਾ ਪਾਇਓ। ਉੱਧਣ ਦੁੱਲੋ ਸਾਹਿਬ ਦੀ ਇਮਾਨਦਾਰੀ ਕਿੱਥੇ ਸੀ? ਉੱਧਣ ਤਾਂ ਦੁੱਲੋ ਸਾਹਿਬ ਕਹਿੰਦੇ ਸੀ ਬੰਨੀ ਦਾ ਧਿਆਨ ਰੱਖਿਓ, ਉੱਧਣ ਕਾਂਗਰਸ ਪਾਰਟੀ ਕਿੱਥੇ ਸੀ? ਇਹ ਇੱਕ ਗਰੀਬ ਦਾ ਚਿਹਰੇ 'ਤੇ ਨਕਾਬ ਪਾ ਕੇ ਇਹ ਅੱਜ ਪਾਰਟੀ ਦੀ ਪਿੱਠ ਦੇ ਵਿੱਚ, ਸਾਰੇ ਵਰਕਰਾਂ ਦੀ ਜਿਹੜੀ ਭਾਵਨਾ ਵਾ ਉਹਦੀ ਪਿੱਠ ਦੇ ਵਿੱਚ ਛੁਰਾ ਮਾਰ ਰਹੇ ਨੇ। ਸੋ ਸਾਨੂੰ ਇਹ ਗੱਲ ਦਾ ਰੋਸ ਹੈ ਵੀ ਇੱਕ ਛੋਟੇ ਜਿਹੇ ਵਰਕਰ ਨੂੰ, ਜਿਹੜੇ ਪਰਿਵਾਰ ਨੂੰ ਇੰਨਾ ਮਾਣ ਸਨਮਾਨ ਦਿੱਤਾ ਹੋਵੇ, ਅੱਜ ਉਹ ਪਰਿਵਾਰ ਸੱਤਾ ਦੇ ਵਿੱਚ ਹੈ ਫਿਰ ਵੀ ਰਾਜ ਸਭਾ ਦਾ ਮੈਂਬਰ ਪਾਰਟੀ ਨੇ ਬਣਾਇਆ ਵੀ ਚਲੋ ਜੇ ਨਹੀਂ ਜਿੱਤ ਸਕਦਾ ਇਹਨੂੰ ਰਾਜ ਸਭਾ ਦਾ ਮੈਂਬਰ ਬਣਾ ਦਿਓ, ਪਰ ਅੱਜ ਫਿਰ ਵੀ ਕਾਂਗਰਸ ਪਾਰਟੀ ਦਾ ਇੰਨੀ ਮਾੜੀ ਉਹ ਉਹਨਾਂ ਬਾਰੇ ਬਿਆਨਬਾਜ਼ੀ ਕਰ ਰਹੇ ਨੇ। ਕੈਪਟਨ ਮਨਿੰਦਰ ਸਿੰਘ ਜੀ ਨੇ ਜਿੱਦਣ ਕਰੋੜਾਂ ਰੁਪਈਆ ਕਰਜ਼ਾ ਮਾਫ਼ ਕੀਤਾ, ਉੱਦਣ ਕਿਹਾ ਵੀ ਕੈਪਟਨ ਸਾਹਿਬ ਨੇ ਬਹੁਤ ਚੰਗਾ ਕੰਮ ਕਰਿਆ। ਇਹ ਲੋਕ ਹਮੇਸ਼ਾ ਮੌਕਾ ਪ੍ਰਸਤ ਰਹੇ ਨੇ,
ਇਹ ਹਮੇਸ਼ਾ ਆਪ ਦਾ ਫਾਇਦਾ ਦੇਖਦੇ ਆ। ਦੁੱਲੋ ਸਾਹਿਬ ਦਾ ਤਾਂ ਦਾਅਵਾ ਹੈ ਕਿ ਉਹਨਾਂ ਦੀ ਲੜਾਈ ਕਾਂਗਰਸ ਵਿੱਚ ਜਿਹੜੇ ਸ਼ਾਮਲ ਨੇ ਮਾਫੀਆ ਦੇ ਖਿਲਾਫ ਹੈ। ਉਹ ਦੁੱਲੋ ਸਾਹਿਬ ਦੀ ਲੜਾਈ ਕਾਹਦੀ ਆ ਜੀ? ਦੁੱਲੋ ਸਾਹਿਬ ਸੱਚ ਬੋਲਦੇ ਕਦੋਂ ਨੇ? ਕੁਰਸੀ ਦੀ ਲੜਾਈ ਆ, ਪ੍ਰਧਾਨ ਬਣਾ ਦਿਓ, ਕੱਲ੍ਹ ਨੂੰ ਦੁੱਲੋ ਸਾਹਿਬ ਨੂੰ ਲੋਟ ਹੋਜੂ ਕੰਮ। ਉਹ ਕੁਰਸੀ ਦੇਖਦੇ ਨੇ ਪ੍ਰਧਾਨ ਦੀ, ਹੋਰ ਕੋਈ ਗੱਲ ਨਹੀਂ। ਉੱਧਰ ਬਾਜਵਾ ਸਾਹਿਬ ਨੇ ਕਰਲੇ ਹੋਏ, ਇਹ ਲੋਕਾਂ ਨੇ ਨਾ ਤਾਂ ਦੁੱਲੋ ਸਾਹਿਬ ਦੇਖੋ ਲਗਾਤਾਰ ਹਾਰਦੇ ਆਉਂਦੇ ਆ, ਅੱਜ ਇਹਨਾਂ ਨੂੰ ਨਕਾਰਤਾ ਪੰਜਾਬ ਦੇ ਲੋਕਾਂ ਨੇ। ਇਹ ਹੁਣ ਵੀ ਉਹੀ ਸੁਪਨੇ ਲੈਂਦੇ ਆ ਪਹਿਲਾਂ ਵਾਲੇ। ਉਹ ਸਰਦਾਰ ਬਿਆਨ ਸਿੰਘ ਜੀ ਪਰਿਵਾਰ ਨੇ ਇਹਨਾਂ ਦੇ ਉੱਤੇ ਬੜਾ ਹੱਥ ਰੱਖਿਆ, ਅੱਜ ਉਹ ਪਰਿਵਾਰ ਦੇ ਨਾਲ ਵੀ ਗਦਾਰੀ ਕਰਦੇ ਨੇ, ਤੁਸੀਂ ਪਾਰਟੀ ਨਾਲ ਗਦਾਰੀ ਕਰੀ। ਦੁੱਲੋ ਸਾਹਿਬ ਨੇ ਡਿਮਾਂਡ ਰੱਖੀ ਹੈ ਸੀਬੀਆਈ ਦੀ ਜਾਂਚ ਦੀ, ਉਹ ਠੀਕ ਹੈ? ਦੇਖੋ ਜੀ, ਸੀਬੀਆਈ ਦੀ ਜਾਂਚ ਤਾਂ ਹੋਊਗੀ ਜੇ ਪੰਜਾਬ ਦੇ ਵਿੱਚ ਬੜੀਆਂ ਏਜੰਸੀਆਂ ਨੇ। ਇਹ ਇੱਕ ਛੋਟਾ ਜਿਹਾ ਮਸਲਾ, ਕੋਈ ਵੱਡੀ ਗੱਲ ਨਹੀਂ। ਪਰ ਜਿਹੜੇ ਦੁੱਲੋ ਸਾਹਿਬ ਨੇ ਇਹ ਤਾਂ ਕਿਹਾ ਨਹੀਂ ਪੰਜਾਬ ਦੇ ਲੋਕਾਂ ਨੂੰ ਵੀ ਭਾਈ ਮਾੜੀ ਦਾਰੂ ਨਾ ਪੀਓ, ਠੇਕਿਆਂ ਤੋਂ ਲੈ ਕੇ ਪੀਓ, ਉਹ ਦਾਰੂ ਪੰਜਾਬ ਸਰਕਾਰ ਦੀ ਆ। ਇਹ ਤਾਂ ਗੱਲ ਕੋਈ ਕਹਿਣ ਨੂੰ ਤਿਆਰ ਨਹੀਂ। ਜੇ ਕੋਈ ਸਸਤੀ ਦਾਰੂ ਲੈ ਕੇ ਪੀਂਦਾ ਆਪਣੇ ਫਾਇਦੇ ਨੂੰ ਪੀਂਦਾ, ਜੇ ਅੱਜ ਉਹਨਾਂ ਨਾਲ ਮਾੜਾ ਹੋ ਗਿਆ ਉਹ ਪੰਜਾਬ ਸਰਕਾਰ ਦੇ ਨਾਂ ਹੈ। ਜਿਵੇਂ ਹੁਣ 150 ਦੇ ਕਰੀਬ ਡੈਥ ਹੋ ਚੁੱਕੀਆਂ ਨੇ, ਇਹ ਗੱਲ ਦਾ ਸਾਨੂੰ ਅਫਸੋਸ ਆ ਜੀ ਵੀ ਉਹ ਲੋਕ ਮਰ ਗਏ, ਉਹ ਗਰੀਬ ਪਰਿਵਾਰਾਂ ਦੇ ਮਰ ਗਏ, ਉਹ ਪਰਿਵਾਰ ਅੱਜ ਸ਼ਾਇਦ ਲੀਹੋ ਲੱਥ ਗਏ ਨੇ। ਪਰ ਉਹਨਾਂ ਨੂੰ ਬਿਲਕੁਲ ਇਨਸਾਫ਼ ਮਿਲਣਾ ਚਾਹੀਦਾ, ਜਿਹੜੇ ਲੋਕ ਨੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਆ। ਕੈਪਟਨ ਸਾਹਿਬ ਨਾਲ ਨੇ ਜਾ ਕੇ ਇਹਨੇ ਪਰਿਵਾਰ ਨੂੰ ਮੁਆਵਜ਼ਾ ਵੀ ਦਿੱਤਾ, ਪਰ ਐਵੇਂ ਆਪਦੇ ਇਹ ਤਾਂ ਆਪਦੀ ਕੁਰਸੀ ਭਾਲਦੇ ਨੇ ਵੀ ਮੈਨੂੰ ਪੰਜਾਬ ਦਾ ਪ੍ਰਧਾਨ ਬਣਾ ਦੇਣਗੇ, ਰੌਲਾ ਰੂਲਾ ਪਾ ਕੇ ਮੇਰਾ ਕੰਮ ਲੋਟ ਆ ਜੂ। ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ, ਲੋਕ ਹੁਣ ਸੁਚੇਤ ਹੋ ਗਏ ਨੇ। ਅਤੇ ਜਿਹੜੇ ਧਰਨੇ ਲਗਾਏ ਜਾ ਰਹੇ ਨੇ ਕਿ ਪੰਜਾਬ ਕਾਂਗਰਸ ਦੀ ਨਾ ਜੀ ਨਾ, ਇਹ ਸਾਡੇ ਜਿਹੜੇ ਜਿੰਨੇ ਅਸੀਂ ਯੂਥ ਵਾਲੇ ਅੱਜ ਸਾਰੇ ਮੁੰਡੇ ਹਾਂ, ਸਾਡੇ ਅੰਦਰ ਰੋਸ ਹੈ ਵੀ ਦੁੱਲੋ ਸਾਹਿਬ ਪਾਰਟੀ ਦੇ ਐਡੇ ਵੱਡੇ ਲੀਡਰ ਹੋ ਗਏ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ। ਜੇ ਕੋਈ ਗੁੱਸਾ ਗਿੱਲਾ, ਜਿੱਦਣ ਇਹਨਾਂ ਦੇ ਪਰਿਵਾਰ 'ਚ ਗੁੱਸਾ ਗਿੱਲਾ ਸੀ, ਉੱਦਣ ਤਾਂ ਮੀਡੀਆ 'ਚ ਕਿਉਂ ਨਾ ਆਏ? ਅੱਜ ਪਾਰਟੀ ਆ, ਪਾਰਟੀ ਇੱਕ ਪਰਿਵਾਰ ਹੁੰਦੀ ਹੈ। ਅੱਜ ਉਹਦੇ ਵਿੱਚ ਕੋਈ ਗੁੱਸਾ ਗਿੱਲਾ ਉਹ ਅੰਦਰ ਬਹਿ ਕੇ ਕਰਨ, ਸਾਡੇ ਹਾਈਕਮਾਂਡ ਨੇ ਸੋਨੀਆ ਗਾਂਧੀ ਜੀ, ਰਾਹੁਲ ਜੀ ਕੋਲ ਜਾਣ, ਉਹਨਾਂ ਨੂੰ ਜਾ ਕੇ ਦੱਸਣ। ਨਾਲੇ ਕਿੰਨੀਆਂ ਇਲੈਕਸ਼ਨਾਂ ਦੇ ਵਿੱਚ ਤਾਂ ਕਿਸੇ ਕਿਸਮ ਦੀ ਇਹਨਾਂ ਦੀ ਕੋਈ ਰਹੀ ਨਹੀਂ, ਕੰਪੇਨ ਨਹੀਂ ਰਹੀ। ਦੱਸੋ ਜੀ, 2014 ਦੇ ਵਿੱਚ 2012 ਦੀ ਜਿਹੜੀ ਇਲੈਕਸ਼ਨ ਹੋਈ ਉਹਦੇ ਵਿੱਚ ਦੁੱਲੋ ਸਾਹਿਬ ਆਏ ਨੇ ਗੁਰਕੀਰ ਸਿੰਘ ਦੀ ਮਦਦ ਕਰਨ, 17 'ਚ ਆਏ ਨੇ, 19 'ਚ ਆਏ ਨੇ, ਇਹਨਾਂ ਨੇ ਤਾਂ ਵਿਰੋਧ ਕੀਤਾ ਪਹਿਲਾਂ ਤਾਂ। ਇਹ ਬਸ ਗੱਲ ਇਹ ਹੈ, ਇਹ ਕੁਰਸੀ ਭਾਲਦੇ ਨੇ ਪੰਜਾਬ ਦੀ ਪ੍ਰਧਾਨਗੀ ਦੀ, ਉਹ ਇਹਨਾਂ ਨੂੰ ਮਿਲਣੀ ਹੈ ਨਹੀਂ। ਪਰ ਅਸੀਂ ਇੱਕ ਗੱਲ ਦਾ ਦਾਅਵਾ ਕਰਦੇ ਹਾਂ ਮੀਡੀਆ ਰਾਹੀਂ, ਯੂਥ ਕਾਂਗਰਸ ਇੱਕ ਕਾਂਗਰਸ ਪਾਰਟੀ ਨਾਲ ਜੁੜੀ ਹੋਈ ਆ। ਅਸੀਂ ਜਿੰਨਾ ਚਿਰ ਦੁੱਲੋ ਸਾਹਿਬ ਚੁੱਪ ਨਹੀਂ ਕਰਨਗੇ, ਭਾਵੇਂ ਸਾਨੂੰ ਦਿੱਲੀ ਜਾਣਾ ਪਵੇ, ਭਾਵੇਂ ਚੰਡੀਗੜ੍ਹ, ਅਸੀਂ ਇੱਦਾਂ ਹੀ ਧਰਨੇ ਦੇਵਾਂਗੇ। ਅੱਜ ਸੈਂਕੜਿਆਂ ਦੀ ਗਿਣਤੀ ਜਾਈਏ, ਫਿਰ ਯੂਥ ਕਾਂਗਰਸ ਹਜ਼ਾਰ ਦੀ ਗਿਣਤੀ 'ਚ ਲਗਾਤਾਰ ਇੱਥੇ ਬੈਠੂ ਇਹਨਾਂ ਦੇ ਘਰਾਂ ਵਿੱਚ।